ਜਿਸ ਦਿਨ ਅਸੀਂ ਮੰਤਰੀ ਤੋਂ ਹਟੇ ਸੀ ਤਾਂ ਸਾਡੇ ਕੋਲ ਘਰ ਦਾ ਖਰਚਾ ਚਲਾਉਣ ਲਈ ਪੈਸੇ ਨਹੀਂ ਸੀ। ਅਸੀਂ ਆਪਣੇ ਜੀਵਨ 'ਚ ਉਹ ਸਮਾਂ ਵੀ ਦੇਖਿਆ। ਪਾਰਟੀ ਦਾ ਜੋ ਆਦੇਸ਼ ਹੋਏਗਾ, ਪਾਰਟੀ ਜਿੱਦਾਂ ਦੀ ਵੀ ਸੇਵਾ ਲਾਏ, ਜੋ ਪਾਰਟੀ ਸਾਨੂੰ ਮੌਕਾ ਦੇ ਕਿ ਜਿਸ ਤਰ੍ਹਾਂ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ, ਉਹ ਸਾਨੂੰ ਮਨਜ਼ੂਰ ਹੋਏਗਾ। ਜਦੋਂ ਖੂਨ 'ਚ ਹੀ ਇਹ ਕੁਛ ਦੇਖਿਆ, ਸਾਰਾ ਜੀਵਨ ਜਿੰਨੀ ਮੇਰੀ 40 ਸਾਲ ਦੀ ਉਮਰ ਹੈ, 40 ਸਾਲ ਇਹੀ ਕੁਛ ਦੇਖਿਆ, ਤਾਂ ਜੋ ਵੀ ਮੌਕਾ ਮਿਲੇ, ਜੋ ਵੀ ਪਲੇਟਫਾਰਮ ਮਿਲੇ ਜਿਹਦੇ ਲਈ ਮੈਂ ਲੋਕਾਂ ਦੀ ਸੇਵਾ ਕਰ ਸਕਾਂ, ਜਿਹਦੇ ਰਾਹੀਂ ਮੈਂ ਲੋਕਾਂ ਦੀ ਖਿਦਮਤ ਕਰ ਸਕਾਂ, ਉਹ ਮੈਨੂੰ ਮਨਜ਼ੂਰ ਹੋਏਗਾ। ਚੰਡੀਗੜ੍ਹ ਨੂੰ ਇਸ ਟਾਈਮ 'ਤੇ ਸਖ਼ਤ ਲੋੜ ਹੈ ਲੋਕਲ ਬੰਦੇ ਦੀ। ਗਠਬੰਧਨ ਹੋ ਜਾਏ ਅਕਾਲੀ ਦਲ ਦਾ ਅਤੇ ਬੀਜੇਪੀ ਦਾ, ਉਹ ਚੰਗਾ ਬਹੁਤ ਰਹੇਗਾ, ਪੰਜਾਬ ਲਈ ਵੀ, ਸਾਡੇ ਲਈ ਵੀ, ਸਭ ਲਈ ਚੰਗਾ ਰਹੇਗਾ। ਬੇਸ਼ੱਕ ਚੰਡੀਗੜ੍ਹ ਮੇਅਰ ਇਸ ਟਾਈਮ ਚਰਚਾ ਦਾ ਵਿਸ਼ਾ ਬਣਿਆ ਹੋਇਆ, ਲੇਕਿਨ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਚੰਡੀਗੜ੍ਹ ਤੋਂ ਕੌਣ ਉਮੀਦਵਾਰ ਹੋਏਗਾ, ਚੰਡੀਗੜ੍ਹ ਦੀ ਰਾਜਨੀਤੀ ਵਿੱਚ ਕੀ ਹੋਏਗਾ, ਔਰ ਖਾਸਕਰ ਜੇ ਰਾਮ ਮੰਦਿਰ ਦੀ ਆਪਾਂ ਗੱਲ ਕਰੀਏ, ਪ੍ਰਾਣ ਪ੍ਰਤਿਸ਼ਠਾ ਸਮਾਰੋਹ, ਤਾਂ ਚੰਡੀਗੜ੍ਹ ਤੋਂ ਵੀ ਇੱਕ ਸੱਦਾ ਆਇਆ ਸੀ, ਚੰਡੀਗੜ੍ਹ ਨੂੰ ਵੀ ਇੱਕ ਸੱਦਾ ਆਇਆ ਸੀ। ਅੱਜ ਅਸੀਂ ਗੱਲ ਕਰਾਂਗੇ ਡਾਕਟਰ ਸੰਦੀਪ ਕੌਰ ਸੰਧੂ ਦੀ, ਚੰਡੀਗੜ੍ਹ ਵਿਕਾਸ ਸਮਿਤੀ ਦੇ ਅਧਿਆਕਸ਼ ਨੇ ਔਰ ਬੀਜੇਪੀ ਨਾਲ ਜੁੜੇ ਹੋਏ ਨੇ, ਪੰਜਾਬ ਦੀ ਰਾਜਨੀਤੀ ਵਿੱਚ ਵੀ ਇਹਨਾਂ ਦੇ ਪਰਿਵਾਰ ਦਾ ਰਸੂਖ ਰਿਹਾ, ਔਰ ਕਿਆ ਆਉਣ ਵਾਲੇ ਸਮੇਂ 'ਚ ਉਮੀਦਵਾਰ ਹੋ ਸਕਦੇ ਨੇ, ਚੰਡੀਗੜ੍ਹ ਤੋਂ ਗੱਲ ਕਰਾਂਗੇ ਖਾਸ। ਬਹੁਤ ਬਹੁਤ ਸਵਾਗਤ ਹੈ ਸੰਧੂ ਜੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਜਿੱਦਾਂ ਮੈਂ ਕਿਹਾ ਕਿ ਬੇਸ਼ੱਕ ਚਰਚਾ ਦਾ ਵਿਸ਼ਾ ਹੈ ਮੇਅਰ ਇਲੈਕਸ਼ਨ, ਪਰ ਲੋਕ ਸਭਾ ਚੋਣਾਂ 'ਚ ਵੀ ਘੱਟ ਸਮੇਂ ਰਹਿ ਗਿਆ, ਔਰ ਮੈਂ ਚੰਡੀਗੜ੍ਹ ਵਿਕਾਸ ਸਮਿਤੀ ਦੀ ਗੱਲ ਕਰਾਂ ਕਿ ਤੁਸੀਂ ਕਾਫੀ ਸੋਸ਼ਲ ਇਸ ਟਾਈਮ ਚੰਡੀਗੜ੍ਹ 'ਚ ਹੋ, ਮਿਲ ਰਹੇ ਹੋ ਲੋਕਾਂ ਨਾਲ, ਚੰਡੀਗੜ੍ਹ ਵਿਕਾਸ ਸਮਿਤੀ ਕੀ ਹੈ ਬੇਸਿਕਲੀ? ਚੰਡੀਗੜ੍ਹ ਵਿਕਾਸ ਸਮਿਤੀ ਜਿਹੜੀ ਹੈਗੀ, ਇਹਦਾ ਗਠਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਸੋਸ਼ਲ ਕੰਮਾਂ ਦੇ ਲਈ। ਇਹਦੇ 'ਚ ਅਸੀਂ ਜਿੰਨੇ ਲੋਕ ਇਕੱਠੇ ਹੋ ਕੇ ਆਏ ਵਿਕਾਸ ਸਮਿਤੀ 'ਚ, ਜਿਹੜੇ ਮੇਨ ਮੈਂਬਰਸ ਹੈ, ਬਾਕੀ ਵਲੰਟੀਅਰਸ ਹੈ ਸਾਡੇ ਕੋਲ ਕਾਫੀ, ਤਾਂ ਮੇਨ ਮੈਂਬਰ ਸਾਰੇ ਹੀ, ਉਹਨਾਂ ਦਾ ਪਿਛੋਕੜ ਪਿਛਲੇ 20-30 ਸਾਲ ਤੋਂ, ਕੁਛ 40 ਸਾਲ ਤੋਂ ਚੰਡੀਗੜ੍ਹ 'ਚ ਸਮਾਜ ਸੇਵਾ ਦਾ ਜੋ ਕੰਮ ਕਰ ਰਹੇ ਸੀ, ਤਾਂ ਅਸੀਂ ਸਭ ਨੇ ਮਿਲ ਕੇ ਬੈਠ ਕੇ ਸੋਚਿਆ ਕਿ ਛੋਟੇ ਛੋਟੇ ਪੋਕਿਟਸ 'ਚ ਕੰਮ ਕਰਨ ਨਾਲੋਂ ਵਧੀਆ ਕਿ ਇੱਕ ਵੱਡੇ ਪਲੇਟਫਾਰਮ 'ਤੇ ਆ ਕੇ ਕੰਮ ਕੀਤਾ ਜਾਏ, ਤਾਂ ਕਿ ਜਦੋਂ ਜ਼ਿਆਦਾ ਲੋਕ ਇਕੱਠੇ ਹੋਣਗੇ ਤਾਂ ਇੱਕ ਮੇਜਰ ਸੋਸ਼ਲ ਰਿਫਾਰਮ ਦਾ ਜਿਹੜਾ ਕੰਮ ਹੈ ਉਹ ਚੰਡੀਗੜ੍ਹ 'ਚ ਕੀਤਾ ਜਾ ਸਕਦਾ। ਤਾਂ ਇਹ ਸੋਸ਼ਲ ਵਰਕ ਲਈ ਬੇਸਿਕਲੀ ਜਿਹੜੀ ਹੈਗੀ ਆ ਬਣਾਇਆ। ਪਰ ਕਹਿੰਦੇ ਨਾਲ ਨਾਲ ਜਦੋਂ ਸੋਸ਼ਲ ਵਰਕ ਹੁੰਦਾ, ਰਾਜਨੀਤੀ ਵੀ ਤੁਸੀਂ ਜੁੜੇ ਹੋ, ਤੁਹਾਡਾ ਪਰਿਵਾਰ ਰਾਜਨੀਤਿਕ ਪਰਿਵਾਰ ਹੈ, ਔਰ ਤੁਹਾਨੂੰ ਸੱਦਾ ਵੀ ਆਇਆ ਸੀ ਪ੍ਰਾਣ ਪ੍ਰਤਿਸ਼ਠਾ ਦਾ, ਬੜੇ ਕਹਿੰਦੇ ਬਾਕੀ ਲੋਕ ਤਾਂ ਚਲੋ ਆ ਗਏ, ਚੰਡੀਗੜ੍ਹ ਤੋਂ ਡਾਕਟਰ ਸੰਦੀਪ ਸੰਧੂ ਨੂੰ ਸੱਦਾ ਆਉਣਾ, ਇਹਨੂੰ ਕਿਵੇਂ ਦੇਖਿਆ ਜਾਏ? ਦੇਖੋ ਜੀ, ਇਹ ਤਾਂ ਸਭ ਤੋਂ ਪਹਿਲਾਂ ਤਾਂ ਜੇ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ, ਜਿਵੇਂ ਹੀ ਮੈਂ ਅੱਖ ਖੋਲ੍ਹੀ, ਆਪਣੇ ਪਰਿਵਾਰ 'ਚ ਇੱਕ ਸਿਰੜ ਮੈਂ ਆਪਣੇ ਪਿਤਾ ਜੀ ਦੇ ਵਿੱਚ ਦੇਖਿਆ ਸਮਾਜ ਦੀ ਸੇਵਾ ਦਾ। ਉਹਨਾਂ ਨੇ ਰਾਜਨੀਤੀ 'ਚ ਕੋਈ 40 ਸਾਲ ਦਾ ਉਹਨਾਂ ਦਾ ਕਰੀਅਰ ਰਾਜਨੀਤੀ ਦਾ ਰਿਹਾ, ਅਤੇ ਉਹਦੇ ਵਿੱਚ ਸਰਦਾਰ ਹਰਨੇਕ ਸਿੰਘ ਘੜੂਆਂ, ਘੜੂਆਂ ਸਾਡਾ ਪਿੰਡ ਹੈ, ਅਤੇ ਮੈਂ ਚੰਡੀਗੜ੍ਹ ਦੀ ਜੰਮਪਲ ਹਾਂ, ਅਤੇ ਪਿਤਾ ਜੀ ਨੇ ਜਿੰਨੀ ਵੀ ਰਾਜਨੀਤੀ ਕੀਤੀ ਤਾਂ ਪਰਿਵਾਰ 'ਚ ਇੱਕ ਮਾਹੌਲ ਅੱਖ ਖੁੱਲ੍ਹਦੇ ਹੀ ਨਜ਼ਰ ਆਇਆ ਸੋਸ਼ਲ ਵੈਲਫੇਅਰ ਦਾ, ਸਮਾਜ ਸੇਵਾ ਦਾ। ਅਸੀਂ ਸਵੇਰੇ ਉੱਠੀਦਾ ਸੀ ਤਾਂ ਘਰ ਦੇ ਬਾਹਰ ਅਸੀਂ 300-400 ਬੰਦਾ ਰੋਜ਼ ਨਹੀਂ ਦੇਖਿਆ ਹੋਏ ਕੰਮ ਲਈ ਪਿਤਾ ਜੀ ਕੋਲ ਆਇਆ, ਉਹ ਦਿਨ ਮੈਨੂੰ ਯਾਦ ਨਹੀਂ ਪੈਂਦਾ ਕਿ ਮੈਂ ਨਾ ਦੇਖਿਆ ਹੋਏ। ਅਤੇ ਬਤੌਰ ਮੰਤਰੀ, ਬਤੌਰ MLA ਬਹੁਤ ਸਾਰੀਆਂ ਪਦਵੀਆਂ 'ਤੇ ਰਹੇ, ਹੋਮ ਮਿਨਿਸਟਰੀ 'ਚ ਰਹੇ, ਦਿੱਲੀ ਬਹੁਤ ਸਾਰੇ ਅਹੁਦਿਆਂ 'ਤੇ ਪਿਤਾ ਜੀ ਰਹੇ, ਲੇਕਿਨ ਉਸ ਦੇ ਬਾਵਜੂਦ ਵੀ ਸਮਾਜ ਸੇਵਾ ਦਾ ਜਿਹੜਾ ਸਿਰੜ ਸੀ ਉਹਦਾ ਨਤੀਜਾ ਇਹ ਸੀਗਾ ਕਿ ਜਿਸ ਦਿਨ ਅਸੀਂ ਮੰਤਰੀ ਤੋਂ ਹਟੇ ਸੀ ਤਾਂ ਸਾਡੇ ਕੋਲ ਘਰ ਦਾ ਖਰਚਾ ਚਲਾਉਣ ਲਈ ਪੈਸੇ ਨਹੀਂ ਸੀ। ਅਸੀਂ ਆਪਣੇ ਜੀਵਨ 'ਚ ਉਹ ਸਮਾਂ ਵੀ ਦੇਖਿਆ ਕਿ ਸਮਾਜ ਸੇਵਾ ਕਰਦੇ ਕਰਦੇ ਔਖੇ ਤੋਂ ਔਖਾ ਸਮਾਂ ਸੀ ਜੀਵਨ 'ਚ ਦੇਖਿਆ, ਅਤੇ ਉਸੇ ਸਮਾਜ ਦੀ ਸੇਵਾ ਕਰਦੇ ਕਰਦੇ ਜੀਵਨ 'ਚ ਬਹੁਤ ਸੌਖਾ ਸਮਾਂ ਵੀ ਦੇਖਿਆ। ਸੋ ਜਦੋਂ ਉਹ ਮਾਹੌਲ ਘਰ 'ਚ ਦੇਖਿਆ ਤਾਂ ਉਹੀ ਖੂਨ ਕਿਤਨਾ ਕਿਤੇ ਮੇਰੇ ਅੰਦਰ ਵੀ ਹੈ, ਤਾਂ ਸਮਾਜ ਸੇਵਾ ਹਮੇਸ਼ਾ ਤੋਂ ਹੀ ਕਰਦੀ ਰਹੀ, ਪਿਛਲੇ 15-16 ਸਾਲਾਂ ਤੋਂ ਚੰਡੀਗੜ੍ਹ ਦੇ ਵਿੱਚ, ਖਾਸ ਕਰਕੇ ਕਿਉਂਕਿ ਪ੍ਰੋਫੈਸਰ ਹਾਂ ਕਾਲਜ 'ਚ, ਤਾਂ ਜਿਹੜਾ ਯੂਥ ਹੈ
ਉਹਦੇ ਨਾਲ ਮੇਰਾ ਇੰਟਰੈਕਸ਼ਨ ਬਹੁਤ ਜ਼ਿਆਦਾ ਸੀ। ਤਾਂ ਯੂਥ ਦੇ ਉੱਤੇ ਡਰੱਗ ਦੀ ਐਡਿਕਸ਼ਨ 'ਤੇ ਕੰਮ ਕਾਫੀ ਕੀਤਾ। ਫਿਰ ਉਹ ਬੱਚੇ ਕਿਤੇ ਨਾ ਕਿਤੇ ਸੂਈਆਂ ਦਾ ਇਸਤੇਮਾਲ ਕਰ ਲੈਂਦੇ ਆ ਜਾਂ ਕੋਈ ਦਿੱਕਤ ਹੁੰਦੀ ਹੈ, HIV ਵੱਲ ਚਲੇ ਜਾਂਦੇ ਆ, ਫਿਰ ਬਲੱਡ ਡੋਨੇਸ਼ਨ ਕੈਂਪਸ। ਸੋ ਇਹ ਪਿਛਲੇ 15-16 ਸਾਲਾਂ ਤੋਂ ਸਮਾਜ ਸੇਵਾ ਮੈਂ ਕਰਦੀ ਆ ਰਹੀ ਹਾਂ। ਹੁਣ ਤੁਸੀਂ ਦੂਜਾ ਸਵਾਲ ਕੀਤਾ ਕਿ ਅਯੋਧਿਆ ਜੀ ਦੇ ਨਿਮੰਤਰਣ ਦਾ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਆਪਸੀ ਦਾ। ਜਿੱਦਾਂ ਪੰਜਾਬ ਤੋਂ ਸੁੱਖੀ ਬਰਾੜ ਜੀ ਨੂੰ ਦੇਖਿਆ, ਉਹ ਗਏ ਨੇ, ਬਾਕੀ ਅਸੀਂ ਕਵਰ ਵੀ ਕੀਤਾ ਕਈ ਲੋਕਾਂ ਨੂੰ। ਤੁਹਾਡਾ ਚੰਡੀਗੜ੍ਹ ਤੋਂ ਆਉਣਾ, ਔਰ ਕਿਉਂਕਿ ਕਹਿੰਦੇ ਨਾ VVI ਲੋਕਾਂ ਨੂੰ ਸੱਦਾ ਆਇਆ, ਜਿਹੜੇ 5-6 ਹਜ਼ਾਰ ਸੱਦੇ ਗਏ ਸੀਗੇ। ਨਹੀਂ, ਇਹਦੇ 'ਚ ਮੈਂ ਥੋੜ੍ਹਾ ਜਿਹਾ ਤੁਹਾਡੀ ਗੱਲ ਨਾਲ ਡਿਫਰ ਕਰੂੰਗੀ ਕਿ VVI ਨਾਲੋਂ VVIP ਨਾਲੋਂ ਜ਼ਿਆਦਾ ਮੈਨੂੰ ਲੱਗਦਾ ਕਿ ਜਿੰਨੀ ਕੁ ਸਮਾਜ ਸੇਵਾ ਕੀਤੀ ਹੈ, ਜੋ ਪਿਛਲਾ ਸਾਰਾ ਚੱਕਿਆ ਗਿਆ ਕਿ ਕੀ ਚੰਡੀਗੜ੍ਹ 'ਚ ਕੰਮ ਕੀਤੇ ਹੈ, ਉਹਦੇ ਬੇਸ 'ਤੇ ਸੱਦਾ ਆਇਆ। ਅਤੇ ਪ੍ਰਭੂ ਜੀ ਦੀ ਬਹੁਤ ਮਿਹਰਬਾਨੀ ਹੈ ਕਿ ਵਿਸ਼ਿਸ਼ਟ ਅਤਿਥੀ ਦੇ ਰੂਪ 'ਤੇ ਪ੍ਰਾਣ ਪ੍ਰਤਿਸ਼ਠਾ 'ਤੇ ਜਾਣ ਦਾ ਮੌਕਾ ਮਿਲਿਆ ਅਤੇ ਪ੍ਰਭੂ ਜੀ ਦੇ ਚਰਨਾਂ 'ਚ ਮੱਥਾ ਟੇਕਿਆ, ਬਹੁਤ ਵਧੀਆ ਲੱਗਿਆ। ਅੱਛਾ, ਇਹ ਵੀ ਚੱਲੀ ਗੱਲ ਕਈ, ਹਾਲਾਂਕਿ ਕਈ ਉੱਥੇ ਸਿੱਖ ਵੀ ਗਏ ਨੇ, ਹੈ ਨਾ, ਤੁਸੀਂ ਇੱਕ ਜੱਟ ਸਿੱਖ ਪਰਿਵਾਰ ਤੋਂ, ਹਾਲਾਂਕਿ ਚਲੋ ਧਰਮ ਦੀ ਆਪਾਂ ਲੈ ਗਏ, ਲੇਕਿਨ ਕਿਤੇ ਨਾ ਕਿਤੇ ਚਰਚਾ ਜ਼ਰੂਰ ਬਣੀ ਰਹੀ ਕਿ ਅੱਛਾ ਜਿਹੜੇ ਲੋਕ ਗਏ ਨੇ ਵੀ ਆਪਣੇ ਧਰਮ ਦੀ ਗੱਲ ਕੀਤੀ, ਤੁਹਾਨੂੂੰ ਕੋਈ ਐਸੀ ਫੇਸ ਤਾਂ ਨਹੀਂ ਕਰਨਾ ਪਿਆ ਕਿ ਲੋਕਾਂ ਨੇ ਕਿਹਾ ਹੋਣਾ ਤੁਸੀਂ ਕਿਉਂ ਜਾ ਰਹੇ ਹੋ ਜੀ? ਨਹੀਂ ਜੀ, ਇੱਦਾਂ ਦਾ ਕੁਛ ਨਹੀਂ ਫੇਸ ਕਰਨਾ ਪਿਆ। ਅਤੇ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਜੋ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਸੀ ਉਹਦੇ 'ਚ ਸਿੱਖ ਤਾਂ ਗਏ ਨੇ, ਉਹਦੇ 'ਚ ਮੁਸਲਮਾਨ ਭਾਈ ਵੀ ਗਏ ਹੋਏ ਸੀ, ਮੁਸਲਮਾਨਾਂ ਨੂੰ ਵੀ ਸੱਦੇ ਸੀਗੇ, ਸਿੱਖਾਂ ਨੂੰ ਵੀ ਸੀਗੇ, ਕ੍ਰਿਸਚਨਸ ਨੂੰ ਵੀ ਸੀਗੇ। ਸੋ ਇਹ ਜਿਹੜਾ ਪ੍ਰੋਗਰਾਮ ਸੀ ਨਾ, ਰਾਮ ਭਗਵਾਨ ਜਿਹੜੇ ਨੇ ਉਹ ਕਿਸੇ ਧਰਮ ਦੇ ਪਰਟੀਕੁਲਰ ਧਰਮ ਦੇ ਨਹੀਂ ਹੈਗੇ। ਅਸੀਂ ਗੁਰਬਾਣੀ ਦੀ ਗੱਲ ਕਰੀਏ, ਜੇ ਬੀਂਗ ਅ ਸਿੱਖ ਜੱਟ ਸਿੱਖ ਮੈਂ ਗੱਲ ਕਰਾਂ, ਗੁਰਬਾਣੀ ਦੀ ਗੱਲ ਕਰੀਆਂ, ਪ੍ਰਭੂ ਸ਼੍ਰੀ ਰਾਮ ਦਾ ਨਾਮ ਹਰ ਜਗ੍ਹਾ ਜਿੱਥੇ ਪਰਮਾਤਮਾ ਦਾ ਨਾਮ ਲਿਆ ਜਾਂਦਾ ਤਾਂ ਪ੍ਰਭੂ ਦੇ ਨਾਮ ਦੇ ਨਾਲ ਲਿਆ ਜਾਂਦਾ। ਪ੍ਰਭੂ ਰਾਮ ਦਾ ਨਾਮ ਪਤਾ ਨਹੀਂ ਕਿੰਨੀ ਹਜ਼ਾਰ ਵਾਰ ਗੁਰਬਾਣੀ 'ਚ ਆਇਆ ਹੋਇਆ। ਸੋ ਪ੍ਰਭੂ ਰਾਮ ਸਭ ਦੇ ਨੇ, ਮੁਸਲਮਾਨਾਂ ਦੇ ਵੀ ਨੇ, ਹਿੰਦੂਆਂ ਦੇ ਵੀ ਨੇ, ਸਿੱਖਾਂ ਦੇ ਵੀ ਨੇ, ਕ੍ਰਿਸਚਨਸ ਦੇ ਵੀ ਨੇ। ਅਤੇ ਉਹਨਾਂ ਦਾ ਜਿਹੜਾ ਸਰੂਪ ਹੈ, ਜਿਹੜਾ ਹਰ ਬੰਦਾ ਉਹਨਾਂ ਦਾ ਸਰੂਪ ਦੇਖਦਾ, ਉਹਨਾਂ ਦੇ ਆਚਰਣ ਨਾਲ ਦੇਖਦਾ ਕਿ ਉਹਨਾਂ ਨੇ ਆਪਣਾ ਜੀਵਨ ਕਿਸ ਤਰ੍ਹਾਂ ਜੀਆ। ਉਹਨਾਂ ਦਾ ਮੇਨ ਜਿਹੜਾ ਉਦੇਸ਼ ਵੀ ਸੀਗਾ ਪ੍ਰਭੂ ਰਾਮ ਨੇ ਜਿੰਨੀਆਂ ਵੀ ਸਾਨੂੰ ਸਿੱਖਿਆਵਾਂ ਦਿੱਤੀਆਂ, ਜੇ ਅਸੀਂ ਉਹਨਾਂ ਨੂੰ ਦੇਖਦੇ ਹਾਂ ਤਾਂ ਜੀਵਨ ਜੀਣ ਦਾ ਹੀ ਰਸਤਾ ਉਹ ਸਾਨੂੰ ਦਿਖਾ ਕੇ ਗਏ ਆ। ਜੇ ਮੈਂ ਹੁਣ ਸਿੱਧਾ ਸਵਾਲ ਪੁੱਛਾਂ ਕਿ ਕਿਆ ਡਾਕਟਰ ਸੰਦੀਪ ਸੰਧੂ BJP ਦੀ ਲੋਕ ਸਭਾ ਕੈਂਡੀਡੇਟ ਚੰਡੀਗੜ੍ਹ ਤੋਂ ਹੋ ਸਕਦੇ ਨੇ? ਦੇਖੋ ਜੀ, ਪਾਰਟੀ ਨਾਲ ਜੁੜੇ ਹੋਏ ਬਹੁਤ ਸਮਾਂ ਹੋ ਗਿਆ, ਸਮਾਜ ਸੇਵਾ ਕਰਦੇ ਹੋਏ ਵੀ ਬਹੁਤ ਸਮਾਂ ਹੋ ਗਿਆ। ਸਮਾਜ ਸੇਵਾ ਕਰਨ ਦਾ ਹੀ ਇੱਕ ਉਪਰਾਲਾ ਲੈ ਕੇ ਜੀਵਨ 'ਚ ਅੱਗੇ ਵੱਧ ਰਹੀ ਹਾਂ। ਬਾਕੀ ਪਾਰਟੀ ਦਾ ਜੋ ਆਦੇਸ਼ ਹੋਏਗਾ, ਪਾਰਟੀ ਜਿੱਦਾਂ ਦੀ ਵੀ ਸੇਵਾ ਲਾਏ, ਜੋ ਪਾਰਟੀ ਸਾਨੂੰ ਮੌਕਾ ਦੇ ਕਿ ਜਿਸ ਤਰ੍ਹਾਂ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ, ਉਹ ਸਾਨੂੰ ਮਨਜ਼ੂਰ ਹੋਏਗਾ। ਇਹ ਸਾਰੀਆਂ ਚੀਜ਼ਾਂ ਪਾਰਟੀ ਨੇ ਦੇਖਣੀਆਂ ਜੀ, ਅੱਗੇ ਪਾਰਟੀ ਦੇ ਕੀ ਆਦੇਸ਼ ਹੁੰਦੇ ਨੇ। ਜੇ ਆਦੇਸ਼ ਹੋਏ ਤਾਂ ਤੁਸੀਂ ਤਿਆਰ ਹੋ? ਦੇਖੋ ਜੀ, ਲੋਕ ਸੇਵਾ ਕਰਨ ਲਈ ਜੋ ਪਲੇਟਫਾਰਮ ਬੰਦੇ ਨੂੰ ਮਿਲੇ, ਜਦੋਂ ਖੂਨ 'ਚ ਹੀ ਇਹ ਕੁਛ ਦੇਖਿਆ, ਸਾਰਾ ਜੀਵਨ ਜਿੰਨੀ ਮੇਰੀ 40 ਸਾਲ ਦੀ ਉਮਰ ਹੈ, 40 ਸਾਲ ਇਹੀ ਕੁਛ ਦੇਖਿਆ, ਤਾਂ ਜੋ ਵੀ ਮੌਕਾ ਮਿਲੇ, ਜੋ ਵੀ ਪਲੇਟਫਾਰਮ ਮਿਲੇ ਜਿਹਦੇ ਲਈ ਮੈਂ ਲੋਕਾਂ ਦੀ ਸੇਵਾ ਕਰ ਸਕਾਂ, ਜਿਹਦੇ ਰਾਹੀਂ ਮੈਂ ਲੋਕਾਂ ਦੀ ਖਿਦਮਤ ਕਰ ਸਕਾਂ, ਉਹ ਮੈਨੂੰ ਮਨਜ਼ੂਰ ਹੋਏਗਾ। ਤੁਹਾਡੇ ਪਿਤਾ ਜੀ ਹਰਨੇਕ ਸਿੰਘ ਘੜੂ ਆਮ ਮੰਤਰੀ ਰਹੇ, MLA ਰਹੇ, ਬੂਟਾ ਸਿੰਘ ਉਹਨਾਂ ਨਾਲ ਕੰਮ ਕੀਤਾ ਉਹਨਾਂ ਨੇ, ਪਰ ਉਹ ਪਾਰਟੀ ਕਾਂਗਰਸ 'ਚ ਵੀ ਰਹੇ, ਤਾਂ ਤੁਸੀਂ BJP 'ਚ ਹੋ? ਨਹੀਂ, ਪਿਤਾ ਜੀ ਪਹਿਲਾਂ ਕਾਂਗਰਸ 'ਚ ਰਹੇ, ਜਦੋਂ ਉਹਨਾਂ ਨੇ ਆਪਣਾ ਕਰੀਅਰ ਸਟਾਰਟ ਕੀਤਾ ਸੀਗਾ ਤਾਂ ਅਕਾਲੀ ਦਲ 'ਚ ਸੀ, ਫਿਰ ਵਿੱਚ ਕਾਂਗਰਸ 'ਚ ਰਹੇ, ਅਤੇ ਹੁਣ ਪਿਛਲੇ ਕੋਈ 15 ਸਾਲ ਤੋਂ ਅਕਾਲੀ ਦਲ 'ਚ ਨੇ ਪਿਤਾ ਜੀ। ਅਤੇ ਜਿਹੜਾ ਮੇਰਾ BJP ਦਾ ਕਰੀਅਰ ਹੈਗਾ ਜਾਂ BJP ਨਾਲ ਮੇਰਾ ਕੰਮ ਕਰਨ ਦਾ ਹੈਗਾ, ਮੇਰੀ ਸ਼ਾਦੀ ਤੋਂ ਬਾਅਦ ਮੇਰਾ ਸਹੁਰਾ ਪਰਿਵਾਰ ਹਮੇਸ਼ਾ ਤੋਂ ਹੀ BJP ਦੇ ਸਮਰਥਕ ਨੇ, ਤਾਂ ਉਦੋਂ ਤੋਂ ਮੈਂ ਵੀ BJP ਦੇ ਨਾਲ ਹੀ ਜੁੜੀ ਹੋਈ ਹਾਂ। ਚੰਡੀਗੜ੍ਹ 'ਚ ਜਿੱਦਾਂ ਤੁਸੀਂ ਕਿਹਾ ਕਿ ਜੰਮਪਲ ਹੈ ਨਾ, ਇੱਕ ਹਮੇਸ਼ਾ ਰਹਿੰਦਾ ਕਿ ਚੰਡੀਗੜ੍ਹ ਨੂੰ ਲੋਕਲ ਕੈਂਡੀਡੇਟ ਮਿਲਿਆ ਜਾਵੇ, ਕਿਰਨ ਖੇਰ 2 ਵਾਰ ਮੈਂਬਰ ਆਫ ਪਾਰਲੀਮੈਂਟ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਲੋਕਲ ਅਤੇ ਵੋਕਲ ਦਾ ਮੁੱਦਾ ਆਉਣ ਵਾਲੇ ਚੋਣਾਂ 'ਚ ਇੱਕ ਮੁੱਦਾ ਰਹਿ ਸਕਦਾ ਕਿ ਲੋਕਲ ਹੈ ਤੁਹਾਡੀ, ਇਸ ਕਰਕੇ ਉਮੀਦਵਾਰੀ ਜ਼ਿਆਦਾ ਹੈ ਕਿ ਤੁਸੀਂ ਲੋਕਲ ਹੋ, ਜੰਮਪਲ ਹੋ, ਚੰਡੀਗੜ੍ਹ ਦੀ ਤੁਹਾਨੂੰ ਹਰੇਕ ਸੈਕਟਰ, ਹਰੇਕ ਸੜਕ ਦੇ ਬਾਰੇ ਨੌਲੇਜ ਹੈ, ਮੁਸ਼ਕਲਾਂ ਦੇ ਬਾਰੇ ਨੌਲੇਜ?
ਇਹਦੇ 'ਚ ਮੈਨੂੰ ਇਹ ਲੱਗਦਾ ਜੀ ਕਿ ਚੰਡੀਗੜ੍ਹ ਨੂੰ ਇਸ ਟਾਈਮ 'ਤੇ ਸਖ਼ਤ ਲੋੜ ਹੈ ਲੋਕਲ ਬੰਦੇ ਦੀ। ਉਮੀਦਵਾਰੀ 'ਚ ਕਿਸੇ ਦਾ ਦਾਅਵਾ ਹੋਣਾ ਜਾਂ ਨਾ ਹੋਣਾ ਉਹ ਦੇਖੋ ਸਾਡੇ ਹੱਥ ਦੀ ਗੱਲ ਨਹੀਂ ਹੈ, ਉਹ ਪਾਰਟੀ ਦੇ ਫੈਸਲੇ ਨੇ। ਜੋ ਪਾਰਟੀ ਦਾ ਫੈਸਲਾ ਹੋਏਗਾ ਸਭ ਨੂੰ ਸਾਨੂੰ ਮਨਜ਼ੂਰ ਹੈ। ਲੇਕਿਨ ਜੇ ਲੋਕਲ ਕੈਂਡੀਡੇਟ ਆਉਣਾ ਤਾਂ ਚੰਡੀਗੜ੍ਹ ਦੇ ਲੋਕਾਂ ਲਈ ਇਹ ਬਹੁਤ ਬਿਹਤਰ ਹੋ ਜਾਏਗਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਲੋਕਲ ਬੰਦਾ ਸ਼ਹਿਰ ਨੂੰ ਪੂਰੀ ਤਰ੍ਹਾਂ ਜਾਣਦਾ। ਜਿਵੇਂ ਮੈਂ ਇੱਥੇ ਦੀ ਜੰਮਪਲ ਹਾਂ, ਮੈਂ ਇੱਥੇ ਹੀ ਗਲੀਆਂ 'ਚ ਖੇਡ ਕੇ ਵੱਡੀ ਹੋਈ ਹੈ, ਇੱਥੇ ਹੀ ਪੜ੍ਹਾਈ ਕੀਤੀ ਹੈ, ਇੱਥੇ ਹੀ ਸਕੂਲਿੰਗ ਹੈ, ਸਭ ਕੁਛ ਇੱਥੇ ਹੀ ਹੈ। ਤਾਂ ਲੋਕਲ ਬੰਦੇ ਨੂੰ ਇਹ ਨਹੀਂ ਲੱਭਣਾ ਪੈਂਦਾ ਵੀ ਮੈਂ ਜਾਣਾ ਕਿੱਥੇ ਆ। ਗੂਗਲ ਮੈਪ ਤਾਂ ਅਸੀਂ ਆਪੇ ਹੀ ਆ ਚੰਡੀਗੜ੍ਹ ਵਾਲੇ, ਹਰ ਗਲੀ ਹਰ ਕੂਚਾ ਹਰ ਮੁਹੱਲਾ ਸਾਨੂੰ ਪਤਾ। ਅਤੇ ਦੂਜਾ, ਲੋਕਲ ਬੰਦਿਆਂ ਲਈ ਲੋਕਲ ਲੀਡਰ ਨੂੰ ਮਿਲਣਾ, ਜਿਹੜਾ ਵੀ ਉਹਨਾਂ ਦਾ ਪ੍ਰਤੀਨਿਧੀ ਹੈ, ਜਿਹੜਾ ਉਹਨਾਂ ਲਈ ਕੰਮ ਕਰ ਲਿਆ, ਉਹ ਬੜਾ ਸੌਖਾ ਹੋ ਜਾਂਦਾ ਕਿ ਐਕਸੈਸਿਬਿਲਟੀ ਬਹੁਤ ਜ਼ਿਆਦਾ ਹੈ। ਅਤੇ ਲੋਕਲ ਮੁੱਦਿਆਂ ਦੀ ਜਿਹਨੂੰ ਨੌਲੇਜ ਹੋਏਗੀ ਤਾਂ ਫਿਰ ਉਹਨੂੰ ਕੰਮ ਕਰਾਉਣ ਦਾ ਤਰੀਕਾ ਵੀ ਹੋਏਗਾ। ਅਤੇ ਮੈਂ ਸ਼ਾਇਦ ਬੀਂਗ ਆ ਪ੍ਰੋਫੈਸਰ, ਬੀਂਗ ਆ ਐਜੂਕੇਟਿਡ ਫੀਮੇਲ, ਇਸ ਗੱਲ ਨੂੰ ਜ਼ਰੂਰ ਮੰਨਦੀ ਹਾਂ ਕਿ ਪੜ੍ਹਾਈ ਲਿਖਾਈ ਸਾਡਾ ਨਾ ਵਿਜ਼ਨ ਖੋਲ੍ਹ ਦਿੰਦਾ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਕਰਨ ਦੇ ਰਸਤੇ, ਜਿਹੜੇ ਸ਼ਾਇਦ ਇੱਕ ਘੱਟ ਪੜ੍ਹੇ ਲਿਖੇ ਬੰਦੇ ਨੂੰ ਨਾ ਸਮਝ ਆਉਂਦੇ ਹੋਣ, ਲੇਕਿਨ ਪੜ੍ਹਾਈ ਲਿਖਾਈ ਦੇ ਨਾਲ ਉਹ ਚੀਜ਼ਾਂ ਬਹੁਤ ਪਤਾ ਲੱਗ ਜਾਂਦੀਆਂ। ਅਤੇ ਉਸ ਤੋਂ ਉੱਪਰੋਂ ਮੇਰਾ ਜਿਹੜਾ ਸਬਜੈਕਟ ਰਿਹਾ ਲੋਕ ਪ੍ਰਸ਼ਾਸਨ, ਤਾਂ ਲੋਕ ਪ੍ਰਸ਼ਾਸਨ 'ਚ ਅਸੀਂ ਹਮੇਸ਼ਾ ਇਹੀ ਪੜ੍ਹਾਇਆ ਕਿ ਕਿੱਦਾਂ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਕੰਮ ਕਰੀਦੇ ਆ, ਕਿੱਦਾਂ ਕਰਾਈਦੇ, ਐਡਮਿਨਿਸਟ੍ਰੇਸ਼ਨ ਦਾ ਕੀ ਸਿਸਟਮ ਹੁੰਦਾ। ਸੋ ਇੱਕ ਨੇਤਾ ਲਈ ਪ੍ਰਸ਼ਾਸਨ ਨਾਲ ਜੁੜਨਾ ਜਿਹੜਾ ਹੈਗਾ ਉਹ ਕਾਫੀ ਪ੍ਰਭਾਵੀ ਰਹੇਗਾ ਮੈਨੂੰ ਲੱਗਦਾ। ਤੁਹਾਡੀ ਮੁਸਕਾਨ ਦੱਸ ਰਹੀ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਲੋਕਲ ਦੀ, ਹਾਲਾਂਕਿ ਦੇਖੋ ਸਿਟਿੰਗ MP ਦਾ ਕਹਿੰਦੇ ਨਾ ਕਿ ਦਾਅਵਾ ਕਿੱਥੇ ਨਾ ਮਜ਼ਬੂਤ ਹੁੰਦਾ, ਲੇਕਿਨ ਤੁਹਾਡਾ ਜਿਹੜਾ ਕੰਮ ਹੈ, ਔਰ ਖਾਸ ਕਰ ਜੇ ਮੈਂ ਗੱਲ ਕਰਾਂ ਕਿ ਸੱਦੇ ਆਉਣ ਦੀ, ਤੁਸੀਂ ਕਹਿੰਦੇ ਸੋਸ਼ਲ ਵਰਕ ਨੂੰ ਸਰਾਹਾਇਆ ਗਿਆ, ਸੱਦਾ ਆਇਆ ਹਾਈਕਮਾਨ ਨਾਲ, ਚਲੋ ਤੁਸੀਂ BJP 'ਚੋਂ ਟੱਚ ਵਿੱਚ ਹੋ, ਹਾਈਕਮਾਨ ਇੱਕ ਸਾਰਾ ਰਿਪੋਰਟ ਵੀ ਲੈਂਦਾ, ਸਰਵੇ ਵੀ ਕਰਾਉਂਦਾ, ਸੰਦੀਪ ਕੌਰ ਸੰਧੂ ਦਾ ਸਰਵੇ ਆਪਣਾ ਕੀ ਕਹਿੰਦਾ? ਸੰਦੀਪ ਕੌਰ ਸੰਧੂ ਦਾ ਸਰਵੇ ਆਪਣਾ ਇਹ ਕਹਿੰਦਾ ਕਿ ਸੰਦੀਪ ਕੌਰ ਸੰਧੂ ਹਮੇਸ਼ਾ ਤੋਂ ਹੀ ਲੋਕਾਂ ਲਈ ਕੰਮ ਕਰਦੀ ਆ ਰਹੀ ਹੈ ਅਤੇ ਬਹੁਤ ਐਕਟਿਵਲੀ ਕੰਮ ਕਰ ਰਹੀ ਹੈ, ਅਤੇ ਲੋਕ ਇਸ ਗੱਲ ਨੂੰ ਬਹੁਤ ਸਰਾਹ ਰਹੇ ਨੇ। ਲੋਕਾਂ ਦੇ ਵਿੱਚ ਜਦੋਂ ਜਾਨੀ ਆ, ਜਦੋਂ ਖੁੱਲੀਆਂ ਬਾਹਾਂ ਨਾਲ ਇੰਨੇ ਨਿੱਘ ਨਾਲ ਮੈਨੂੰ ਮਿਲਦੇ ਨੇ ਤੇ ਬਹੁਤ ਅੱਛਾ ਲੱਗਦਾ। ਤੇ ਇਹ ਸੋਚ ਕੇ ਰਾਤ ਨੂੰ ਬੜੀ ਸਕੂਨ ਦੀ ਨੀਂਦ ਆਉਂਦੀ ਹੈ ਕਿ ਜੀਵਨ 'ਚ ਇੱਕ ਟੀਚਾ ਰੱਖਿਆ ਸੀ ਕਿ ਜੀਵਨ 'ਚ ਕੁਝ ਅੱਛਾ ਕਰਨਾ, ਜੋ ਮਾਂ ਪਿਓ ਵੱਲੋਂ ਇੱਕ ਸੰਸਕਾਰ ਦਿੱਤੇ ਗਏ ਉਹਨਾਂ ਸੰਸਕਾਰਾਂ ਨੂੰ ਅੱਗੇ ਲੈ ਕੇ ਚੱਲਣਾ, ਉਹ ਲੈ ਕੇ ਚੱਲ ਰਹੀ ਹਾਂ। ਤੇ ਲੋਕੀ ਉਸਦਾ ਬਹੁਤ ਭਰਮਾ ਹੁੰਗਾਰਾ ਦੇ ਰਹੇ ਨੇ ਤੇ ਪੂਰਾ ਚੰਡੀਗੜ੍ਹ ਬਹੁਤ ਪਿਆਰ ਦੇ ਰਿਹਾ। ਮੈਂ ਚੰਡੀਗੜ੍ਹ ਦੀ ਹਾਂ ਤੇ ਚੰਡੀਗੜ੍ਹ ਮੇਰਾ। ਤੇ ਚੰਡੀਗੜ੍ਹ ਦੀ ਮੁਸ਼ਕਿਲਾਂ ਤੁਹਾਨੂੰ ਕੀ ਲੱਗਦਾ? ਹਾਲਾਂਕਿ BJP ਤੁਹਾਡੇ BJP ਦੇ ਨੇ ਜਿਹੜੇ MP ਨੇ, ਬਟ ਫਿਰ ਵੀ ਕਹਿੰਦੇ ਨਾ ਕਿ ਕਮੀਆਂ ਕਿੱਥੇ ਨਾ ਕਿੱਥੇ ਰਹਿੰਦੀਆਂ। ਕਿਹੜੇ ਗ੍ਰੇ ਏਰੀਆਜ਼ ਤੁਸੀਂ ਦੇਖੇ ਹੋ ਕਿ ਜਿਹਦੇ 'ਚ ਹੋਰ ਕੰਮ ਹੋ ਰਿਹਾ? ਤੁਹਾਡੀ ਵਿਕਾਸ ਸਮਿਤੀ ਜਿਹੜੀ ਹੈਗੀ ਹੈ ਉਹ ਕਿਵੇਂ ਇਸ ਚੀਜ਼ ਨੂੰ ਦੇਖਦੀ ਹੈ? ਚੰਡੀਗੜ੍ਹ ਵਿਕਾਸ ਸਮਿਤੀ ਤਾਂ ਜਿਹੜਾ ਜ਼ਿਆਦਾ ਕੰਮ ਕਰ ਰਹੀ ਹੈ ਜੀ, ਉਹਦੇ 'ਚ ਅਸੀਂ ਫਿਲਹਾਲ ਤਾਂ ਕਾਲੋਨੀਜ਼ ਦੇ ਉੱਤੇ ਤੇ ਬਾਹਰ ਜਿਹੜੇ ਆਊਟਰ ਏਰੀਆਜ਼ ਹੈ ਜਿਹੜੇ ਕਿਤੇ ਨਾ ਕਿਤੇ ਸ਼ਾਇਦ ਨਿਗਲੈਕਟ ਹੋ ਜਾਂਦੇ ਆ, ਜਿਹੜੇ ਕੋਰ ਸੈਕਟਰਸ ਹੈ ਚੰਡੀਗੜ੍ਹ ਦੇ ਉਹਦੇ 'ਚ ਇੰਨੀਆਂ ਦਿੱਕਤਾਂ ਨਹੀਂ ਹੁੰਦੀਆਂ, ਲੇਕਿਨ ਜਿਹੜੇ ਬਾਹਰ ਵਾਲੇ ਏਰੀਆਜ਼ ਹੈ, ਚਾਹੇ ਲੋਕੀ ਮਾਈਗ੍ਰੈਂਟਸ ਹੋਣ ਚਾਹੇ ਸਾਡੇ ਆਪਣੇ ਲੋਕਲ ਚੰਡੀਗੜ੍ਹ ਦੇ ਹੋਣ ਪਿੰਡਾਂ ਵਾਲੇ, ਉਹਨਾਂ ਨੂੰ ਸ਼ਾਇਦ ਇਸ ਟਾਈਮ 'ਤੇ ਤਵੱਜੋ ਦੀ ਜ਼ਿਆਦਾ ਲੋੜ ਹੈ। ਔਰ ਜਿਹੜੇ ਗ੍ਰੇ ਏਰੀਆਜ਼ ਇਸ ਟਾਈਮ ਨੇ, ਮੈਡਮ ਇੱਥੇ MP ਰਹੇ, ਮੈਡਮ ਦੀਆਂ ਸ਼ਾਇਦ ਕੋਈ ਆਪਦੀਆਂ ਮਜਬੂਰੀਆਂ ਰਹੀਆਂ ਹੋਣਗੀਆਂ, ਕੁਛ ਉਹਨਾਂ ਦੀ ਸਿਹਤ ਵੀ ਇੱਕ ਜਿਹਨੂੰ ਕਹਿੰਦੇ ਆ ਉਹ ਮਜਬੂਰੀ ਰਹੀ ਮੈਡਮ ਦੀ ਕਿ ਮੈਡਮ ਸ਼ਾਇਦ ਉਹਦੀ ਵਜ੍ਹਾ ਤੋਂ ਹੋ ਸਕਦਾ ਕਿ ਸਮਾਂ ਨਹੀਂ ਕੱਢ ਪਾਏ, ਜਿੱਦਾਂ ਦੀ ਉਹਨਾਂ ਨੂੰ ਪ੍ਰੋਬਲਮ ਹੋਈ। ਪਰਮਾਤਮਾ ਤੰਦਰੁਸਤੀ ਦੇ ਉਹਨਾਂ ਨੂੰ, ਸ਼ਾਂਤੀ ਰੱਖੇ, ਸੁੱਖ ਸ਼ਾਂਤੀ ਰੱਖੇ। ਅਤੇ ਡੈਫੀਨੇਟਲੀ ਚੰਡੀਗੜ੍ਹ 'ਚ ਬਹੁਤ ਕੁਛ ਹੋਣ ਵਾਲਾ ਇਸ ਟਾਈਮ 'ਤੇ। ਬੇਸਿਕ ਨੀਡਸ ਜਿਹੜੀਆਂ ਹੁੰਦੀਆਂ ਇੱਕ ਐਗਜ਼ਿਸਟੈਂਸ ਦੀਆਂ, ਉਹਨਾਂ 'ਤੇ ਵੀ ਕਾਫੀ ਕੰਮ ਹੋਣ ਵਾਲਾ। ਸਾਫ਼ ਸਫਾਈ ਦੀ ਬਹੁਤ ਲੋੜ ਹੈ ਸਾਨੂੰ, ਪਿੰਡਾਂ 'ਚ ਸਾਫ਼ ਪਾਣੀ ਅਵੇਲੇਬਲ ਨਹੀਂ ਹੈਗਾ, ਗਲੀਆਂ ਨਾਲੀਆਂ ਨਹੀਂ ਪੱਕੀਆਂ ਹੈਗੀਆਂ, ਤਾਂ ਕਾਫੀ ਕੰਮ ਹੋਣ ਵਾਲਾ ਚੰਡੀਗੜ੍ਹ 'ਚ। ਅਤੇ ਐਡਮਿਨਿਸਟ੍ਰੇਸ਼ਨ ਦੀਆਂ ਖਾਮੀਆਂ ਵੀ ਸ਼ਾਇਦ ਕਾਫੀ ਨੇ ਕਿ ਲੋਕਾਂ ਨੂੰ ਉਣਝਾਉਣ ਲਈ ਨਾ, ਸਾਡੇ ਜਿਹੜੇ ਭਰਾ ਨੇ ਉਹਨਾਂ ਨੂੰ ਬੜਾ ਤਰੀਕਾ ਆਉਂਦਾ ਨਾ, ਇੱਕ ਫਾਈਲ ਨੂੰ ਫੜ ਕੇ ਦੂਜੇ ਮੇਜ਼ 'ਤੇ ਪਹੁੰਚਾਉਣਾ, ਫਿਰ ਤੀਜੇ 'ਤੇ, ਅਤੇ ਬੰਦੇ ਦੇ ਚੱਕਰ ਕਟਾਈ ਜਾਣੇ। ਉਹ ਵੀ ਇੱਕ ਇੱਥੇ ਜਿਹੜਾ ਸਿਸਟਮ ਹੈ ਨਾ ਡਿਲੇ ਦਾ ਐਡਮਿਨਿਸਟ੍ਰੇਸ਼ਨ ਦਾ, ਉਹ ਵੀ ਇੱਕ ਰੀਜ਼ਨ ਹੈ।
ਅਕਾਲੀ ਦਲ ਤੇ ਬੀਜੇਪੀ ਗਠਬੰਧਨ ਦੀ ਗੱਲ ਚੱਲ ਰਹੀ ਹੈ, ਹਾਲਾਂਕਿ ਟੌਪ ਲੀਡਰਸ ਦੀ ਗੱਲ ਕਰੀਏ ਉਹ ਬੜੇ ਨਪੇ ਧੁਲੇ ਬਿਆਨ ਦਿੰਦੇ ਨੇ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਤੁਹਾਡੇ ਪਰਿਵਾਰ 'ਚ, ਕਿਉਂਕਿ ਤੁਹਾਡੇ ਪਿਤਾ ਜੀ ਅਕਾਲੀ ਦਲ 'ਚ ਨੇ, ਤੁਹਾਨੂੰ ਲੱਗਦਾ ਜੇ ਗਠਬੰਧਨ ਹੋ ਜੇ ਚੰਗਾ ਰਹੇਗਾ, ਜਾਂ ਹਾਲੇ ਤੁਹਾਨੂੰ ਕੀ ਲੱਗਦਾ ਕਿ ਹਾਈਕਮਾਨ ਜਦੋਂ ਦੱਸੇਗਾ ਨਹੀਂ ਤਾਂ ਮੈਂ ਆਪਣਾ ਜਵਾਬ ਦੇਵਾਂਗੀ? ਨਹੀਂ ਜੀ, ਇਹ ਤਾਂ ਚਲੋ ਫੈਸਲਾ ਤਾਂ ਹਾਈਕਮਾਨ ਦਾ ਹੀ ਹੈ, ਲੇਕਿਨ ਗਠਬੰਧਨ ਹੋ ਜਾਏ ਅਕਾਲੀ ਦਲ ਦਾ ਅਤੇ ਬੀਜੇਪੀ ਦਾ, ਉਹ ਚੰਗਾ ਬਹੁਤ ਰਹੇਗਾ, ਪੰਜਾਬ ਲਈ ਵੀ, ਸਾਡੇ ਲਈ ਵੀ, ਸਭ ਲਈ ਚੰਗਾ ਰਹੇਗਾ। ਅਤੇ ਗਠਬੰਧਨ 'ਚ ਆ ਕੇ ਕੰਮ ਕਰਨ ਦਾ ਮਜ਼ਾ ਵੀ ਬੜਾ ਆਉਂਦਾ, ਜਦੋਂ ਦੋ ਤਰੀਕੇ ਦੀਆਂ ਵਿਚਾਰਧਾਰਾ ਮਿਲਦੀਆਂ ਨੇ ਅਤੇ ਬੜੇ ਅੱਛੇ ਆਈਡੀਆਜ਼ ਜਨਰੇਟ ਹੁੰਦੇ ਨੇ, ਫਲੋਟ ਹੁੰਦੇ ਨੇ, ਅਤੇ ਇੱਕ ਕੰਮ ਕਰਨ ਦਾ ਬੇਸ ਜਿਹੜਾ ਹੈਗਾ ਉਹ ਬਹੁਤ ਵੱਧ ਜਾਂਦਾ, ਅਤੇ ਅੱਛਾ ਰਹੇਗਾ ਗਠਬੰਧਨ ਹੋ ਜਾਏ ਤਾਂ। ਬਾਕੀ ਫੈਸਲਾ ਹਾਈਕਮਾਨ ਦਾ ਜੀ, ਉਹਨਾਂ ਨੇ ਦੇਖਣਾ ਕਿਸ ਤਰ੍ਹਾਂ ਕਰਨਾ। ਇੱਕ ਲਾਸਟ ਸਵਾਲ, ਹਾਲੇ ਹਾਲਾਂਕਿ ਟਾਈਮ ਹੈਗਾ ਟਿਕਟ ਅਨਾਊਂਸ ਹੋਣ 'ਚ, ਹੈ ਨਾ, ਤੁਸੀਂ ਸਵੇਰੇ ਕਿੰਨੇ ਵਜੇ ਨਿਕਲ ਜਾਂਦੇ ਹੋ ਅਤੇ ਕਿੰਨੇ ਤੁਹਾਡੇ ਦਿਨ 'ਚ ਪ੍ਰੋਗਰਾਮ ਨੇ, ਸ਼ਾਮ ਨੂੰ ਕਿਵੇਂ ਆ, ਕਿਉਂਕਿ ਇੱਕ ਪਹਿਲਾਂ ਰਿਹਰਸਲ ਵੀ ਬਹੁਤ ਜ਼ਰੂਰੀ ਹੁੰਦੀ ਹੈ? ਮੈਨੂੰ ਪਿਛਲਾ ਕੋਈ, ਵੈਸੇ ਤਾਂ ਖੈਰ ਮੈਨੂੰ ਸਮਾਂ ਯਾਦ ਹੀ ਨਹੀਂ ਆਉਂਦਾ, ਮੇਰੇ ਬੱਚੇ ਬੜੇ ਛੋਟੇ ਆ, ਬਟ ਮੈਨੂੰ ਬੀਇੰਗ ਅ ਸੋਸ਼ਲ ਵਰਕਰ ਵੀ ਇਹ ਯਾਦ ਨਹੀਂ ਵੀ ਮੈਂ ਘਰ 10-11 ਵਜੇ ਤੋਂ ਪਹਿਲਾਂ ਕਦੇ ਆਈ ਹੋਵਾਂ, ਤੋ ਉਹ ਜ਼ਿੰਦਗੀ ਦਾ ਰੂਟੀਨ ਹੀ ਬਣਿਆ ਹੋਇਆ। ਅਤੇ ਅੱਜ ਕੱਲ੍ਹ ਦੇ ਰੂਟੀਨ ਦੀ ਗੱਲ ਕਰਾਂ ਤਾਂ 1.5-2 ਸਾਲ ਹੋ ਗਿਆ ਮੈਂ ਸੁਬਹਾ 8:30-9 ਵਜੇ ਘਰੋਂ ਨਿਕਲ ਜਾਂਦੀ ਹਾਂ, ਅਤੇ 11-12-1-2 ਵੀ ਵੱਜ ਜਾਂਦੇ ਕਈ ਵਾਰ ਆਉਂਦੇ ਆਉਂਦੇ। ਹਾਂ, ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ, ਅਤੇ ਜਦੋਂ ਉਮੀਦ ਕਰਦੇ ਤਾਂ ਟਿਕਟ ਮਿਲੇ ਫਿਰ ਮਿਲਾਂ। ਹਾਂਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤਾਂ ਇਹ ਸੀਗੀ ਡਾਕਟਰ ਸੰਦੀਪ ਸੰਧੂ, ਚੰਡੀਗੜ੍ਹ ਵਿਕਾਸ ਸਮਿਤੀ ਦੇ ਅਧਿਅਕਸ਼ ਨੇ, ਔਰ ਦਾਅਵੇਦਾਰੀ ਜਿੱਥੇ ਗੱਲ ਹੈ ਉਹ ਕਹਿ ਰਹੇ ਕਿ ਹਾਈਕਮਾਨ ਨੇ ਫੈਸਲਾ ਕਰਨਾ, ਲੇਕਿਨ ਜੇ ਹਾਈਕਮਾਨ ਚੰਡੀਗੜ੍ਹ ਦੀ ਸੀਟ ਇਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਇਹ ਤਿਆਰ ਨੇ। ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ 'ਚ ਚੰਡੀਗੜ੍ਹ ਦੀ ਲੋਕ ਸਭਾ ਦੀ ਸੀਟ ਦੀ ਦਾਅਵੇਦਾਰੀ ਜਿਹੜੀ ਟਿਕਟ ਹੈ ਉਹ ਕਿਹਦੀ ਝੋਲੀ ਜਾਂਦੀ ਹੈ। ਵੀਡੀਓ ਜਰਨਲਿਸਟ ਵਿਨੋਦ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਚੰਡੀਗੜ੍ਹ।